ਮੇਰਾ ਬੇਟਾ ਜਵਰਾਜ ਸਿੰਘ, ਮੈਂ ਕੱਲ੍ਹ ਇਹਨਾਂ ਦੀ ਬੁਖਾਰ ਕਾਫੀ ਜ਼ਿਆਦਾ ਤੇਜ਼ ਹੋ ਗਿਆ ਸੀ, ਮੈਂ ਡਾਕਟਰ ਕੁਰਾਲੀ ਵਾਲੇ ਕੋਲ ਗਿਆ ਦਵਾਈ ਦਵਾਉਣ ਲਈ, ਜਿਨ੍ਹਾਂ ਨੇ ਉਹਨਾਂ ਨੂੰ ਮੈਡੀਕਲ ਸਟੋਰ ਤੋਂ ਦਵਾਈ ਲਿਖੀ ਤਾਂ ਮੈਡੀਕਲ ਸਟੋਰ ਵਾਲੇ ਨੇ ਲਿਖਣ ਦੇ ਆਧਾਰ 'ਤੇ ਦਵਾਈ ਗਲਤ ਦਿੱਤੀ, ਜਿਹੜੀ ਲਿਖੀ ਗਈ ਆ ਉਹ ਦਵਾਈ ਨਹੀਂ ਦਿੱਤੀ ਗਈ, ਜਿਹੜੀ ਮੇਰੇ ਕੋਲ CC ਇਸ ਟਾਈਮ ਅਵੇਲੇਬਲ ਹੈ, ਪਰਚੀ ਵੀ ਹੈਗੀ ਹੈ ਅਤੇ ਪਰਚੀ ਦੇ ਵਿੱਚ ਵੀ ਇਹ ਜਿਹੜਾ ਲਿਖਿਆ ਉਹ ਉਹਨੇ ਨਹੀਂ ਦਿੱਤਾ, ਅਤੇ ਠੀਕ ਹੈ, ਬੱਚੇ ਦੀ ਹਾਲਤ ਕਾਫੀ ਜ਼ਿਆਦਾ ਇਹਦੇ ਨਾਲ ਖਰਾਬ ਹੋ ਗਈ ਹੈ, ਬੱਚਾ ਹੋਸਪਿਟਲ ਦੇ ਵਿੱਚ ਐਡਮਿਟ ਹੈ ICU ਦੇ ਵਿੱਚ। ਜ਼ਿਆਦਾਤਰ ਲੋਕ ਇੱਥੇ ਲੈ ਕੇ ਜਾਂਦੇ ਆ, ਨੇੜੇ ਹੀ ਪੈਂਦੇ ਤੁਹਾਡਾ, ਅਸੀਂ ਕੱਲ ਇੱਕ ਦਵਾਈ ਲਈ ਸੀ ਜੋ ਡਾਕਟਰ ਕੁਰਾਲੀ ਵਾਲੇ ਨੇ ਲਿਖੀ ਸੀਗੀ, ਤੇ ਲਿਖਣ ਦੇ ਬਾਵਜੂਦ ਵੀ ਉਹਨਾਂ ਨੇ ਦਵਾਈ ਗਲਤ ਦਿੱਤੀ, ਜਿਸ ਦੇ ਕਿ ਉਹ ਬੱਚੇ ਦੇ ਪੀਣ ਦੇ ਨਾਲ ਉਹਦੀ ਹਾਲਤ ਜ਼ਿਆਦਾ ਗੰਭੀਰ ਹੋ ਗਈ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦਵਾਈ ਲੈ ਕੇ ਨਹੀਂ ਆਏ ਨਾ, ਮੇਰੇ ਕੋਲ ਇਹ ਦਵਾਈ ਛੋਟੀ ਹੈਗੀ ਆ, ਛੋਟੀ CC ਆਇਆ ਨਹੀਂ ਮੇਰੇ ਕੋਲ। ਇਹ ਮੈਡੀਕਲ ਸਟੋਰ ਆ ਜਿਹੜਾ, ਇਹਨਾਂ ਦਾ ਲਾਇਸੈਂਸ ਤੁਹਾਡੇ ਨਾਮ 'ਤੇ? ਨਾ, ਮੁੰਡੇ ਦੇ ਨਾਂ 'ਤੇ ਆ, ਮਤਲਬ ਵੈਸੇ ਬੈਠਾ ਸੀ। ਬੇਟਾ ਤੁਹਾਡਾ ਕਿੱਥੇ ਜਿਸ ਟਾਈਮ? ਬੇਟਾ ਇੱਥੇ ਆ, ਕੱਲ੍ਹ ਇੱਥੇ ਜੇ ਇੱਥੇ ਗੱਲ ਕਰਾ ਦੇਣਾ ਤੁਹਾਡੀ। ਕੋਲ ਦਲਵਿੰਦਰ ਸਿੰਘ ਜੀ ਨੰਗਲਾਂ ਮੇਰੇ ਕੋਲ ਖੜ੍ਹੇ ਨੇ, ਜਿਹਨਾਂ ਦਾ ਬੱਚਾ ਇੱਕ ਮੈਡੀਕਲ ਸਟੋਰ ਦੀ ਗਲਤ ਦਵਾਈ ਦੇਣ ਦੇ ਕਾਰਨ ਥੋੜ੍ਹਾ ਜ਼ਿਆਦਾ ਸੀਰੀਅਸ ਹੋ ਗਿਆ ਸੀ, ਪਰ ਮੈਂ ਹੁਣ ਇਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਇਹ ਮੈਡੀਕਲ ਸਟੋਰ ਦੇ ਮਾਮਲੇ ਵਿੱਚ ਕੀ ਚਾਹੁੰਦੇ ਨੇ? ਸਰ, ਮੈਂ ਇਹ ਚਾਹੁੰਦਾ ਬਣਦੀ ਕਾਰਵਾਈ ਕੀਤੀ ਜਾਵੇ, ਅਤੇ ਮੈਂ ਇਹ ਮੈਡੀਕਲ ਅਫਸਰਾਂ ਨੂੰ ਲੈਟਰਾਂ ਕਰ ਦਿੱਤੀਆਂ ਨੇ, ਅਤੇ ਸਿਹਤ ਮੰਤਰੀ ਪੰਜਾਬ, ਮੁੱਖ ਮੰਤਰੀ ਪੰਜਾਬ ਅਤੇ SSP ਦਫ਼ਤਰ ਅਤੇ DC ਦਫ਼ਤਰ, ਮੈਂ ਇਹਨਾਂ ਦੀ ਐਪਲੀਕੇਸ਼ਨਾਂ ਮੈਂ ਦੇ ਦਿੱਤੀਆਂ ਨੇ, ਅਤੇ ਇਹਨਾਂ 'ਤੇ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇ, ਕਿਉਂਕਿ ਗਾਹਾਂ ਨੂੰ ਹੋਰ ਕਿਸੇ ਦੇ ਬੱਚੇ ਦਾ ਵੀ ਨੁਕਸਾਨ ਹੋ ਸਕਦਾ।